ਹੈਪੀ ਦੀਵਾਲੀ ਟੂ ਆਲ ਆਫ ਯੂ। ਤੇ ਇਸ ਦੀਵਾਲੀ ਦੇ ਮੌਕੇ ਤੇ ਅਸੀਂ ਪਹੁੰਚ ਚੁੱਕੇ ਹਾਂ ਬਰਾਡ ਸਵੀਟਸ ਤੇ, ਜਿਨ੍ਹਾਂ ਦੀ ਕਿ ਬਹੁਤ ਹੀ ਵਧੀਆ ਧਮਾਕੇਦਾਰ ਸੇਲ ਲੱਗੀ ਹੋਈ ਹੈ। ਬਹੁਤ ਹੀ ਮਿੱਠੀਆਂ ਮਿੱਠੀਆਂ ਡਿਫਰੈਂਟ ਕਾਈਂਡ ਦੀਆਂ ਮਠਿਆਈਆਂ ਲੱਗੀਆਂ ਹੋਈਆਂ ਨੇ ਬੰਬੇ ਪੈਲਸ ਦੇ ਵਿੱਚ। ਬਿਲਕੁਲ ਜੀ, ਜਿੱਦਾਂ ਹੀ ਤੁਸੀਂ ਬੰਬੇ ਪੈਲਸ 'ਤੇ ਸਟੈਪ ਰੱਖੋਗੇ, ਤੁਸੀਂ ਉਹਨਾਂ ਦੀ ਐਂਟਰੈਂਸ 'ਤੇ ਬਹੁਤ ਹੀ ਸੋਹਣੀ ਡੈਕੋਰੇਸ਼ਨ ਦੇਖੋਗੇ। ਅਤੇ ਡੈਕੋਰੇਸ਼ਨ ਦੇ ਨਾਲ ਨਾਲ ਜਿਹੜੀਆਂ ਮਠਿਆਈਆਂ ਨੇ ਬਹੁਤ ਹੀ ਵਧੀਆ, ਬਹੁਤ ਹੀ ਗੁੱਡ ਪ੍ਰਾਈਸ 'ਤੇ ਲੱਗੀਆਂ ਹੋਈਆਂ ਨੇ। ਅਤੇ ਬਿਲਕੁਲ ਹੀ ਡਿਫਰੈਂਟ ਤਰੀਕੇ ਦੀਆਂ ਮਠਿਆਈਆਂ ਨੇ, ਬਿਲਕੁਲ ਹੀ ਫਰੈਸ਼ ਮਠਿਆਈਆਂ। ਅਤੇ ਬਿਲਕੁਲ ਵੀ ਤੁਸੀਂ ਦੇਰ ਨਾ ਲਾਇਓ ਅਤੇ ਬਹੁਤ ਹੀ ਜਲਦੀ ਪਹੁੰਚੋ। ਜਿਸ ਦਾ ਐਡਰੈਸ ਹੈ 200 ਐਡਵਾਂਸ ਬੁਲੇਵਰਡ ਬ੍ਰੈਂਪਟਨ। ਅਤੇ ਤੁਸੀਂ ਜ਼ਰੂਰ ਪਹੁੰਚਿਓ ਬਰਾੜ ਸਵੀਟਸ 'ਤੇ, ਜਿਹੜਾ ਕਿ ਜਿਹਨਾਂ ਦੀ ਕਿ ਜਿਹੜੀ ਸੇਲ ਹੈ ਬਹੁਤ ਹੀ ਵਧੀਆ। ਮੈਂ ਕਹਿੰਦੀ ਵੀ ਜਿਹੜੀਆਂ ਮਠਿਆਈਆਂ ਨੇ ਬਿਲਕੁਲ ਹੀ ਫਰੈਸ਼, ਤੁਸੀਂ ਜਿਹੜੀ ਵੀ ਮਠਿਆਈ ਦਾ ਟੇਸਟ ਤੁਸੀਂ ਇੰਡੀਆ ਦੇ ਵਿੱਚ ਦੇਖਿਆ ਹੋਊਗਾ, ਪੰਜਾਬ ਦੇ ਵਿੱਚ ਦੇਖਿਆ ਹੋਊਗਾ, ਉਹੀ ਸੇਮ ਟੇਸਟ ਤੁਸੀਂ ਇੱਥੇ ਦੇਖ ਸਕਦੇ ਹੋ। ਸੋ ਜ਼ਰੂਰ ਪਹੁੰਚਿਓ ਤੁਸੀਂ ਬੰਬੇ ਪੈਲਸ ਦੇ ਵਿੱਚ, ਜਿੱਥੇ ਲੱਗੀ ਹੋਈ ਹੈ ਬਹੁਤ ਹੀ ਧਮਾਕੇਦਾਰ ਮਠਿਆਈ ਦੇ ਨਾਲ ਨਾਲ ਪਟਾਕੇ ਵੀ ਤੁਸੀਂ ਇੱਥੋਂ ਖਰੀਦ ਸਕਦੇ ਹੋ। ਹੋਰ ਬਹੁਤ ਸਾਰੀ ਇੱਦਾਂ ਦੀ ਡਿਫਰੈਂਟ ਵਰਾਇਟੀਜ਼ ਹੈ ਜਿਹਨੂੰ ਦੇਖ ਕੇ ਮੈਂ ਕਹੂੰਗੀ ਬਾ ਕਮਾਲ, ਤੁਹਾਨੂੰ ਬਿਲਕੁਲ ਇਹ ਫੀਲਿੰਗ ਆਊਗੀ ਵੀ ਅਸੀਂ ਪੰਜਾਬ 'ਚ ਬੈਠੇ ਹੋਏ ਹਾਂ, ਕਿਉਂਕਿ ਇਹਨਾਂ ਦੇ ਜਿਹੜੀਆਂ ਮਠਿਆਈਆਂ ਨੇ ਬਿਲਕੁਲ ਹੀ ਡਿਫਰੈਂਟ ਟੇਸਟ ਹੈ ਉਹਨਾਂ ਦਾ, ਬਿਲਕੁਲ ਹੀ ਫਰੈਸ਼ ਨੇ। ਖੋਏ ਵਾਲੀਆਂ ਮਠਿਆਈਆਂ ਜਾਂ ਤੁਸੀਂ ਜਿਹੜੀ ਇਹਨਾਂ ਦੀ ਪੈਕਿੰਗ ਹੈ, ਡੈਕੋਰੇਸ਼ਨ ਹੈ, ਬਾ ਕਮਾਲ। ਇਹ ਤਾਂ ਸਾਰੀਆਂ ਚੀਜ਼ਾਂ ਤੁਸੀਂ ਕਲਿਪਸ ਨੇ ਜਿਹੜੇ ਕੁਝ ਇੱਕ ਤੁਸੀਂ ਟੀਵੀ 'ਤੇ ਦੇਖ ਹੀ ਰਹੇ ਹੋ, ਪਰ ਜਦੋਂ ਤੁਸੀਂ ਪਹੁੰਚੋਗੇ ਕਹਿੰਦੇ ਵੀ ਜਿਹੜੀ ਚੀਜ਼ ਅਸੀਂ ਅੱਖਾਂ ਨਾਲ ਡਾਇਰੈਕਟ ਦੇਖਦੇ ਹਾਂ ਉਹਦਾ ਨਜ਼ਾਰਾ ਡਿਫਰੈਂਟ ਹੀ ਹੁੰਦਾ। ਅਤੇ ਜ਼ਰੂਰ ਪਹੁੰਚੋ ਬਰਾੜ ਸਵੀਟਸ, ਜਿਹੜਾ ਕਿ ਲੋਕੇਸ਼ਨ ਬੰਬੇ ਪੈਲਸ ਦੇ ਵਿੱਚ ਹੈ, 200 ਐਡਵਾਂਸ ਬੁਲੇਵਰਡ ਬ੍ਰੈਂਪਟਨ ਦੇ ਵਿੱਚ। ਬਰਾਡ ਸਵੀਟਸ ਦੀ ਮੇਨ ਗੱਲ ਤੁਹਾਨੂੰ ਇਹ ਦੱਸੀ ਹੈ ਵੀ ਹਰ 2 ਘੰਟਿਆਂ ਬਾਅਦ ਆਫਟਰ ਐਵਰੀ 2 ਆਵਰਸ ਇੱਥੇ ਲੱਕੀ ਡਰੋਸ ਕੱਢ ਰਹੇ। ਅਤੇ ਲੱਕੀ ਡਰੋਸ ਵਿੱਚ ਬਹੁਤ ਹੀ ਵਧੀਆ, ਮੈਂ ਕਹਿੰਦੀ ਬਹੁਤ ਹੀ ਮਹਿੰਗੇ ਜਿਹੜੇ ਗਿਫਟ ਨੇ, ਵਾਊਚਰਸ ਨੇ ਜਾਂ ਇੱਥੇ ਗਿਫਟ ਪ੍ਰਾਈਜ਼ ਨੇ, ਬਹੁਤ ਹੀ ਵਧੀਆ ਨੇ ਇੱਥੇ। ਅਤੇ ਕਿਹੜੇ ਕਿਹੜੇ ਨੇ? ਕੈਟਲਸ, ਟੋਸਟਰਸ, ਰੈਫਰੀਜਰੇਟਰਸ, ਸੈਮਸੰਗ ਟੀਵੀਸ, ਗੋਲਡ ਬਾਰਸ, ਹੋਰ ਬਹੁਤ ਸਾਰੀਆਂ ਡਿਫਰੈਂਟ ਗਿਫਟ ਆਈਟਮਸ ਨੇ ਜਿਹੜੀਆਂ ਕਿ ਬਰਾਡ ਸਵੀਟਸ 'ਤੇ ਡਿਸਟ੍ਰੀਬਿਊਟ ਕੀਤੀਆਂ ਜਾ ਰਹੀਆਂ ਨੇ। ਤੋ ਇੱਕੋ ਇੱਕ ਨਾਮ ਯਾਦ ਰੱਖਿਓ, ਬਰਾਡ ਸਵੀਟਸ ਜਿਨ੍ਹਾਂ ਦੀ ਸੇਲ ਲੱਗੀ ਹੋਈ ਹੈ ਜੀ, ਬਹੁਤ ਹੀ ਸੋਹਣੀ, ਬਹੁਤ ਹੀ ਮੈਂ ਕਹਿੰਦੀ ਵੀ ਸੋਹਣੀ ਡੈਕੋਰੇਸ਼ਨ ਦੇ ਨਾਲ ਨਾਲ ਮਠਿਆਈ ਜਿਹੜੀ ਬਹੁਤ ਹੀ ਮਿੱਠੀ ਅਤੇ ਬਹੁਤ ਹੀ ਸਵਾਦ, ਬਹੁਤ ਹੀ ਟੇਸਟੀ, ਬਹੁਤ ਹੀ ਡਿਫਰੈਂਟ ਟੇਸਟ ਹੈ ਜਿਹਦਾ। ਤਾਂ ਤੁਸੀਂ ਖਾ ਕੇ ਸਾਨੂੰ ਇੱਕ ਵਾਰੀ ਫੀਡਬੈਕ ਜ਼ਰੂਰ ਦਿਓ ਵੀ ਤੁਹਾਨੂੰ ਬਰਾਡ ਸਵੀਟ 'ਤੇ ਪਹੁੰਚ ਕੇ ਕਿੱਦਾਂ ਦਾ ਲੱਗਿਆ।